ਸਾਡਾ ਪੰਜਾਬ ਪੇਜ ਵਿੱਚ ਆਪ ਸਭ ਜੀ ਦਾ ਸਵਾਗਤ ਹੈ। ਅੱਜ ਅਸੀਂ ਗੱਲ ਕਰਾਂਗੇ ਜੀ ਕੁਦਰਤੀ ਖੇਤੀ ਦੀ। ਆ ਦੇਖੋ ਜੀ, ਘਰ ਦੇ ਵਿੱਚ ਗੋਭੀ ਲਾਈ ਹੋਈ ਹੈ, ਆਪਣੀ ਬਗੀਚੀ ਲਾਈ ਹੈ। ਗੋਭੀ ਜਿਹੜੀ ਹੈ ਨੈਚੁਰਲ ਤੌਰ 'ਤੇ ਹੈ ਜੀ, ਦੇਸੀ ਰੂੜੀ ਪਾਈ ਹੋਈ ਹੈ ਇਹਨੂੰ, ਬਹੁਤ ਹੀ ਵਧੀਆ ਗਰੋਥ ਬਹੁਤ ਵਧੀਆ ਹੈ ਜੀ ਇਹਨਾਂ ਦੇ ਪੱਤਿਆਂ ਦੇ। ਦੇਖੋ ਫੁੱਲ ਕਿੰਨਾ ਕਿੰਨਾ ਵੱਡਾ ਆ। ਆਹ ਦੇਖੋ ਅੱਗੇ ਵੀ ਕਾਫੀ ਵਧੀਆ ਫੁੱਲ ਲੱਗੇ ਨੇ। ਥੋੜ੍ਹੇ ਜਿਹੇ ਬੂਟੇ ਜਿਹੜੇ ਅਸੀਂ ਲਾਏ ਹੋਏ ਨੇ। ਆ ਇੱਧਰ ਪਾਲਕ ਲੱਗੀ ਹੈ, ਆਹ ਛੋਟੀ ਪਾਲਕ ਬੀਜੀ ਹੋਈ ਹੈ। ਆਹ ਸਾਡੇ ਟਮਾਟਰਾਂ ਦੇ ਬੂਟੇ ਆ ਜੀ, ਆਹ ਟਮਾਟਰ ਲੱਗੇ ਹੋਏ ਨੇ, ਫਲ ਪਿਆ ਇਹਨਾਂ ਨੂੰ। ਇਹ ਸਾਰੀ ਔਰਗੈਨਿਕ ਆ। ਦੇਖੋ ਜੀ ਇਹ ਧਨੀਆ ਬੀਜਿਆ ਆ, ਛੋਟੀ ਜਿਹੀ ਕਿਆਰੀ ਘਰ ਦੇ ਵਿੱਚ ਲਾਈ ਹੈ। ਆਹ ਦੇਖੋ ਜੀ ਲੌਕੀ ਲੱਗੀ ਹੋਈ ਹੈ। ਆਹ ਅਸੀਂ ਬੀਜਿਆ ਜੀ ਗੰਢਿਆਂ ਦਾ ਕਣ, ਪਿਆਜ਼ਾਂ ਦਾ ਕਣ ਬੀਜਿਆ ਹੋਇਆ। ਦੇਖੋ ਬਹੁਤ ਵਧੀਆ, ਕਾਫੀ ਮੋਟਾ ਮੋਟਾ ਬੂਟਾ ਹੈਗਾ ਇਹਦਾ। ਇਹ ਕੁਦਰਤੀ ਤੌਰ 'ਤੇ ਹੈ ਜੀ, ਦੇਸੀ ਰੂੜੀ ਪਾਈ ਹੋਈ ਹੈ। ਦੇਸੀ ਰੂੜੀ ਪਾ ਕੇ ਇਹਨੂੰ ਆਪਾਂ ਲਾਇਆ ਆ। ਦੱਸਿਓ ਜੀ ਕਿੱਦਾਂ ਦੀ ਲੱਗੀ ਵੀਡੀਓ ਸਾਡੀ। ਆਹ ਦੇਖੋ ਜੀ ਆਲੂ ਲਾਏ ਨੇ, ਆਹ ਵੀ ਆਲੂ ਲੱਗੇ ਹੋਏ ਨੇ ਜੀ। ਇਹ ਲਾਲ ਆਲੂ ਹੈ ਜੀ, ਜਿਹੜੇ ਪਹਾੜੀ ਆਲੂ ਕਿਹਾ ਜਾਂਦਾ ਜਿਹਨੂੰ। ਇਹ ਵੀ ਕਰੀਬ ਇੱਕ ਮਰਲਾ ਜਗ੍ਹਾ ਜਿਹੜੀ ਉਹਦੇ ਵਿੱਚ ਲਾਏ ਹੋਏ ਨੇ, ਨੈਚੁਰਲ ਹੈ, ਦੇਸੀ ਖਾਦ ਪਾਈ ਹੈ। ਆਹ ਲਸਣ ਲਾਇਆ ਜੀ, ਲਸਣ ਦੇ ਵਿੱਚ ਆਪਾਂ ਪਰਾਲੀ ਕੁਤਰ ਕੇ ਪਾਈ ਹੋਈ ਹੈ, ਇਹਦੇ ਨਾਲ ਇਹਦੇ ਵਿੱਚ ਘਾਹ ਨਹੀਂ ਹੁੰਦਾ ਔਰ ਇਹਦੀ ਗਰੋਥ ਵਧੀਆ, ਪੋਲੀ ਰਹਿੰਦੀ ਹੈ, ਗੰਢੀਆਂ ਕਾਫੀ ਮੋਟੀਆਂ ਹੁੰਦੀਆਂ, ਲਸਣ ਕਾਫੀ ਮੋਟਾ ਮੋਟਾ ਹੁੰਦਾ ਆ। ਬਹੁਤ ਵਧੀਆ ਇਹਦੀ ਗਰੋਥ ਹੈ। ਆਹ ਅਸੀਂ ਥੋੜ੍ਹਾ ਜਿਹਾ ਪਛੇਤਾ ਲਸਣ ਲਾਇਆ ਸੀਗਾ। ਆਹ ਦੇਖੋ ਇਹ ਛੋਟਾ ਆ, ਦੋ ਤਰ੍ਹਾਂ ਦਾ ਲਸਣ ਲੱਗਾ ਹੋਇਆ। ਇਹਦੇ ਨਾਲ ਹਲਦੀ ਲਾਈ ਹੋਈ ਹੈ। ਆਹ ਦੇਖੋ ਜੀ ਹਲਦੀ ਦੇ ਪੱਤੇ ਸੁੱਕ ਗਏ ਆ। ਇਹ ਵੀ ਹੁਣ ਮੌਸਮ ਬਦਲ ਗਿਆ, ਦਸੰਬਰ ਮਹੀਨੇ ਕਰੀਬ ਇਹਦੀ ਜਿਹੜੀ ਕਟਾਈ ਕਰ ਦਿਆਂਗੇ ਉੱਪਰੋਂ ਅਸੀਂ, ਇਹ ਪੱਤੇ ਸੁੱਕ ਜਾਣਗੇ ਇਹਦੇ। ਆਹ ਬਗੀਚੀ 'ਚ ਲੀਚੀ ਦਾ ਬੂਟਾ ਲੱਗਿਆ ਹੋਇਆ ਜੀ, ਘਰ ਦੀਆਂ ਫਰੂਟ ਦੇ ਬੂਟੇ, ਉਹ ਅੰਬ ਦਾ ਬੂਟਾ ਆ ਦੂਰ ਲੱਗਾ, ਉਹਦੇ ਨਾਲ ਗੱਭੂ ਗੋਸ਼ਾ ਆ। ਆਹ ਲਗਾਟ ਦਾ ਬੂਟਾ ਹੈ ਜੀ, ਦੇਖੋ ਲਗਾਟ ਨੂੰ ਫੁੱਲ ਆਏ ਹੋਏ ਨੇ, 2 ਸਾਲ ਦਾ ਬੂਟਾ ਹੋ ਗਿਆ ਜੀ ਇਹ। ਇਹਦੇ ਨਾਲ ਨਿੰਬੂ ਦਾ ਬੂਟਾ ਹੈਗਾ, ਸਿਕੰਜਮੀ ਵਾਲਾ ਨਿੰਬੂ ਹੈ। ਇੱਧਰ ਲੀਚੀ ਲੱਗੀ ਹੈ ਜੀ, ਆਹ ਦੇਖੋ ਲੀਚੀ ਦਾ ਬੂਟਾ ਵੀ ਕਾਫੀ ਵਧੀਆ ਗਰੋਥ ਦੇ ਰਿਹਾ ਹੈ। ਘਰ ਦੇ ਵਿੱਚ ਥੋੜ੍ਹੀ ਜਿਹੜੀ ਬਗੀਚੀ ਹੈ ਲਗਭਗ 4 ਤੋਂ 5 ਮਰਲਿਆਂ ਦੀ, ਉਹ ਜ਼ਰੂਰ ਲਾਉਣੀ ਚਾਹੀਦੀ ਹੈ ਜੀ। ਘਰ ਦੇ ਫਲ ਹੋ ਜਾਂਦੇ ਖਾਣ ਵਾਸਤੇ, ਸਬਜ਼ੀਆਂ ਹੋ ਜਾਂਦੀਆਂ, ਨੈਚੁਰਲ ਹੈ। ਆਹ ਦੇਖੋ ਜੀ ਮਿਰਚਾਂ ਲੱਗੀਆਂ ਹੋਈਆਂ ਆ, ਇਹਨੂੰ ਧਮੋੜੀ ਮਿਰਚ ਵੀ ਕਹਿੰਦੇ ਆ, ਕੋਈ ਛੋਟੀ ਮਿਰਚ ਕਹਿੰਦੇ ਆ ਜੀ। ਕਾਫੀ ਕੌੜੀ ਹੁੰਦੀ ਹੈ, ਕਾਫੀ ਕੌੜੀ ਹੋਣ ਦੇ ਨਾਲ ਨਾਲ ਇਹ ਗੁਣਕਾਰੀ ਵੀ ਹੈਗੀ ਹੈ, ਅੱਖਾਂ ਵਾਸਤੇ ਕਾਫੀ ਲਾਭਦਾਇਕ ਹੁੰਦੀ ਹੈ। ਸਾਰੀਆਂ ਸਬਜ਼ੀਆਂ ਤਕਰੀਬਨ ਥੋੜ੍ਹੀਆਂ ਥੋੜ੍ਹੀਆਂ ਜਿਹੜੀਆਂ ਜ਼ਰੂਰ ਲਾਉਣੀਆਂ ਚਾਹੀਦੀਆਂ ਜੀ। ਆਹ ਦੇਖੋ ਜੀ ਪਪੀਤਾ ਆ, ਪਪੀਤੇ ਦਾ ਬੂਟਾ ਲਾਇਆ ਹੋਇਆ ਆ ਉਹਦੇ ਨਾਲ। ਆਹ ਦੇਖੋ ਜੀ ਅੱਗੇ ਸੰਤਰੇ ਦਾ ਬੂਟਾ ਆ, ਮੌਸੰਮੀ ਦਾ ਬੂਟਾ ਲੱਗਿਆ ਹੋਇਆ ਆ। ਆਹ ਦੇਖੋ ਸੰਤਰੇ ਦਾ ਬੂਟਾ ਵੀ ਹੈਗਾ ਆ। ਇਸ ਤਰ੍ਹਾਂ ਅਸੀਂ ਥੋੜ੍ਹੀਆਂ ਥੋੜ੍ਹੀਆਂ ਸਾਰੀਆਂ ਸਬਜ਼ੀਆਂ, ਅਮਰੂਦ ਲੱਗਾ ਹੋਇਆ ਜੀ, ਥੱਲੇ ਬਤਾਊਂ ਦੇ ਬੂਟੇ ਲੱਗੇ ਹੋਏ ਨੇ ਦੇਖੋ। ਇਸ ਤਰ੍ਹਾਂ ਸਾਰਿਆਂ ਨੂੰ ਅਸੀਂ ਇਹ ਦੱਸਣਾ ਚਾਹੁੰਦੇ ਹਾਂ ਕਿ ਇੱਦਾਂ ਦੀਆਂ ਘਰ ਦੇ ਵਿੱਚ ਸਬਜ਼ੀਆਂ ਜਿਹੜੀਆਂ ਹਰ ਘਰ ਦੇ ਵਿੱਚ ਲਗਾਈਆਂ ਜਾ ਸਕਦੀਆਂ, ਨੈਚੁਰਲ ਹੈਗੀਆਂ, ਕੁਦਰਤੀ ਖੇਤੀ ਹੈ। ਆਹ ਦੇਖੋ ਜੀ ਸ਼ਲਗਮ ਲੱਗੇ ਆ, ਆਹ ਕੜਮ ਲੱਗੇ ਆ ਜੀ, ਜਿਹਨੂੰ ਗੰਢਾ ਗੋਭੀ ਕਹਿੰਦੇ, ਗੰਢ ਗੋਭੀ ਕਿਹਾ ਜਾਂਦਾ, ਉਹ ਵੀ ਲਾਈ ਹੋਈ ਹੈ। ਆਹ ਦੇਖੋ ਇਹ ਗੋਭੀ ਵਾਲਾ ਬੰਦਾ ਸਾਨੂੰ ਗਲਤ ਗੋਭੀ ਦੇ ਗਿਆ ਸੀਗਾ,